ਤੇ ਹੁਣ ਤੁਸੀਂ ਇਹ ਨਹੀਂ ਦੱਸਣਾ ਕਿ ਤੁਸੀਂ ਕੀ ਸੋਚਦੇ ਆ। ਮੈਂ ਸੋਚ ਸੋਚ ਕੇ ਇਹ ਸੋਚਿਆ ਵੀ ਕੀ ਸੋਚੀਏ, ਫਿਰ ਮੈਨੂੰ ਇਹ ਸੋਚ ਵਿਚਾਰ ਕਰਨੀ ਪਈ ਜੋ ਮੈਂ ਸੋਚਿਆ ਕਿ ਮੈਨੂੰ ਸੋਚਣਾ ਚਾਹੀਦਾ ਸੀਗਾ, ਪਰ ਮੈਂ ਜੋ ਸੋਚਿਆ ਉਹਨੂੰ ਕੋਈ ਨਹੀਂ ਸੋਚ ਸਕਦਾ। ਇਹ ਤਾਂ ਸਹੀ ਆ, ਇਹਦਾ ਮਤਲਬ ਤੁਸੀਂ ਆਪਣੀ ਸੋਚ ਦੇ ਵਿੱਚ ਹੀ ਡੁੱਬ ਕੇ ਰਹਿ ਗਏ, ਤੁਸੀਂ ਕੁਝ ਸੋਚ ਹੀ ਨਹੀਂ ਪਾਏ, ਇਹ ਸਮਾਂ ਇੰਨਾ ਵਿਅਰਥ ਕਰ ਦਿੱਤਾ। ਪਰ ਇੱਕ ਸੋਚਣੀ ਨਾ ਸਾਨੂੰ ਇਹ ਵੀ ਚਾਹੀਦੀ ਹੈਗੀ ਆ ਕਿ ਅੱਜ ਕੱਲ੍ਹ ਜਿੱਦਾਂ ਤੁਸੀਂ ਕਿਹਾ ਕਿ ਮੌਸਮ ਜਿਹੜਾ ਬਦਲੀ ਹੋ ਰਿਹਾ ਹੈਗਾ ਆ, ਔਰ ਬਦਲਦੇ ਮੌਸਮ ਦੇ ਨਾਲ ਅਸੀਂ ਆਪਣੇ ਘਰਾਂ ਦੇ ਵਿੱਚ ਆਪਣੇ ਆਫਿਸ ਦੇ ਵਿੱਚ ਏਸੀ ਤਾਂ ਲਾਏ ਹੋਏ ਆ, ਪੱਖੇ ਵੀ ਲੱਗੇ ਹੋਏ ਆ, ਤੇ ਕਈ ਵਾਰ ਜਿਹੜਾ ਹੈਗਾ ਆ ਅਸੀਂ ਕੀ ਆ ਭੁੱਲ ਜਾਂਦੇ ਆ ਉਹਨਾਂ ਨੂੰ ਬੰਦ ਕਰਨਾ। ਤੇ ਤੁਹਾਨੂੰ ਲੱਗਦਾ ਨਾ ਕਿ ਛੋਟੀਆਂ ਛੋਟੀਆਂ ਬੱਚਤਾਂ ਜਿਹੜੀਆਂ ਸਾਨੂੰ ਕਰਨੀਆਂ ਚਾਹੀਦੀਆਂ ਨੇ? ਮੈਂ ਕਿਹਾ ਜੀ ਇਹ ਤਾਂ ਉਦੋਂ ਪਤਾ ਲੱਗਣਾ ਵੀ ਜਦੋਂ ਮੌਸਮ ਨੇ ਕੀਤੀਆਂ ਰੁਸਵਾਈਆਂ, ਕਦੇ ਕਦੇ ਪੱਖੇ ਚੰਗੇ ਲੱਗਦੇ ਆ ਤੇ ਕਦੇ ਕਦੇ ਰਜਾਈਆਂ, ਫੇਰ ਪੱਖੇ ਜਿਹੜੇ ਹੈਗੇ ਉਹਨਾਂ ਨੂੰ ਸੁੱਖ ਦਾ ਸਾਹ ਹੋਣਾ ਵੀ ਹਾਂ ਵੀ ਹੁਣ ਜਿਹੜਾ ਅੱਜ ਕੱਲ੍ਹ ਦੇ ਜ਼ਮਾਨੇ ਦੀ ਤਾਂ ਬੱਤੀ ਇੰਨੀ ਵਾਰੀ ਜਾਂਦੀ ਹੈਗੀ ਹੈ ਵੀ ਪੱਖੇ ਘੁੰਮਣਾ ਹੀ ਭੁੱਲ ਜਾਂਦੇ, ਵੀ ਕਿੱਧਰ ਨੂੰ ਘੁੰਮਣਾ, ਕਿੱਧਰ ਨੂੰ ਕਈ ਵਾਰ ਪੁੱਠਾ ਵੀ ਘੁੰਮਣਾ ਸ਼ੁਰੂ ਹੋ ਜਾਂਦਾ।